ਦਾ ਇਹ ਹੈ ਬੜਾ ਅਹਿਮ ਹੈ ਗੰਭੀਰ ਹੈ ਮੰਦ ਭਾਗੀ ਗੱਲ ਵੀ ਹੈ ਕਿ ਖੁਦਕੁਸ਼ੀ ਦਾ ਰਾਹ ਚੁਣਿਆ ਗਿਆ ਆਪਣੀ ਜਾਨ ਤੱਕ ਦੇ ਦਿੱਤੀ ਕਿ ਇੱਕ ਸਹਾਇਕ ਪ੍ਰੋਫੈਸਰ ਵੱਲੋਂ ਜਿਹੜੀ ਸਿਲੈਕਟਡ ਕੈਂਡੀਡੇਟ ਸੀ ਔਰ ਬੜੇ ਦੁਖੀ ਮਾਨ ਨਾਲ ਚਿੱਠੀ ਵੀ ਲਿਖੀ ਹੋਈ ਹੈ ਆਪਣਾ ਬਲੱਡ ਵੀ ਉਸ ਦੇ ਉੱਤੇ ਲਾਇਆ ਗਿਆ ਖੂਨ ਕਿ ਆ ਸਬੂਤ ਹੈ ਮੈਂ ਦੁਖੀ ਹੋ ਕੇ ਕਦਮ ਚੁੱਕਿਆ ਹੈ ਔਰ ਸਿੱਧੇ ਤਾਰ ਦੇ ਉੱਤੇ ਸਿੱਖਿਆ ਮੰਤਰੀ ਤੇ ਦੋਸ਼ ਲੱਗੇ ਨੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਚ ਖੜੀ ਹੋ ਗਈ ਹੈ ਤੋ ਕਿਸਨਦੀਪ ਸਾਹਿਬ ਤੋਂ ਵੱਡੀ ਗੱਲ ਕਿ ਜਿਹੜਾ ਕੋਈ ਇਦਾਂ ਪਰੇਸ਼ਾਨ ਹੋ ਕੇ ਮਾਨਸਿਕ ਪੀੜਾ ਚੋਂ ਨਿਕਲ ਕੇ ਅਜਿਹੇ ਕਦਮ ਪੁੱਟੇ ਨਾ ਉਹ ਸਹੀ ਨਹੀਂ ਹੈ ਉਹਨੂੰ ਤੁਸੀਂ ਜਾਇਜ਼ ਨਹੀਂ ਠਰਾ ਸਕਦੇ ਹੈਗੇ ਠੀਕ ਹੈ ਸਰ ਸਰਕਾਰਾਂ ਦੀਆਂ ਅਜਿਹੀਆਂ ਪਾਲਿਸੀਆਂ ਕਰਕੇ ਕੁਝ ਲੋਕਾਂ ਨੂੰ ਇਹ ਕਦਮ ਚੁੱਕਣ ਵਾਸਤੇ ਮਜਬੂਰ ਹੋਣਾ ਪਿਆ ਲੇਕਿਨ ਸਭ ਤੋਂ ਵੱਡੀ ਗੱਲ ਇਹ ਕਿ ਦੇਖੋ ਨਾ ਜਿਹੜੇ ਸੰਘਰਸ਼ ਕਰਦੇ ਲੋਕ ਨੇ ਇਦਾਂ ਹਥਿਆਰ ਨਹੀਂ ਸੁੱਟਦੇ ਹੁੰਦੇ ਔਰ ਦੂਜੀ ਗੱਲ ਹੈ ਕਿ ਇਹ ਸਰਕਾਰ ਨੇ ਅਸਲ ਦੇ ਵਿੱਚ ਉਮੀਦਾਂ ਹੀ ਨਹੀਂ ਜਤਾ ਦਿੱਤੀਆਂ ਸੀ ਲੋਕਾਂ ਦੇ ਵਿੱਚ ਲੋਕਮੰਨਾਂ ਦੇ ਵਿੱਚ ਕਿ ਇਹ ਆਮ ਆਦੀ ਪਾਰਟੀ ਦੀ ਸਰਕਾਰ ਹੋਗੀ ਆਮ ਘਰਾਂ ਦੇ ਵਿੱਚੋਂ ਗਰੀਬਾਂ ਦੇ ਵਿੱਚੋਂ ਪੜ੍ਹਿਆ ਲਿਖਿਆ ਚੋਂ ਲੋਕ ਆਏ ਨੇ ਤੇ ਇਹ ਸਾਨੂੰ ਆਪਣੇ ਵਰਗੇ ਸਮਝਣਗੇ ਲੇਕਿਨ ਬਦ ਕਿਸਮਤੀ ਆ ਕਿ ਇਹਨਾਂ ਨੇ ਵਿਸ਼ਵਾਸ ਹੀ ਤੋੜ ਦਿੱਤਾਗਾ ਕੱਲ ਤੋਂ ਜਦੋਂ ਦੁਬਾਰਾ ਕਿਤੇ ਭਵਿਕ ਚ ਵੋਟਾਂ ਪਈਆਂ ਤੇ ਲੋਕਾਂ ਨੇ ਕਹਿਣਾ ਚਾਹੀ ਆਮ ਘਰ ਚੋਂ ਨਿਆਣਾ ਜੰਮਿਆ ਚਾਹੀ ਖਾਸ ਘਰ ਚੋਂ ਨਿਆਣਾ ਜੰਮਿਆ ਐਮਐਲਏ ਬਣ ਕੇ ਉਹ ਖਾਸ ਖਾਸਮ ਖਾਸ ਹੀ ਹੋ ਜਾਂਦੇ ਨੇ ਹੁਣ ਇਹ ਜਿਹੜੀ ਕੁੜੀ ਨੇ ਕਦਮ ਚੁੱਕਿਆ ਹੈਗਾ ਇਹਨੂੰ ਜਾਇਜ਼ ਨਹੀਂ ਠਰਾ ਸਕਦੇ ਇਦਾਂ ਦੇ ਬਹੁਤ ਸਾਰੇ ਦੁਨੀਆ ਬੇਰੋਜ਼ਗਾਰ ਨੇ ਦੇਖੋ ਤੁਸੀਂ ਜੇ ਨਹੀਂ ਕਿ ਪ੍ਰੋਬਲਮ ਕੀ ਇੰਡੀਆ ਦੇ ਵਿੱਚ ਅਸੀਂ ਸਰਕਾਰੀ ਨੌਕਰੀ ਨੂੰ ਬਹੁਤ ਪੈਹਲ ਦਿੰਦੇ ਆ ਵੀ ਸਰਕਾਰੀ ਨੌਕਰੀ ਮਿਲੂਗੀ ਤੇ ਅਸੀਂ ਮਨੁੱਖ ਆ ਅਸੀਂ ਅਸੀਂ ਸਾਨੂੰ ਸਰਕਾਰੀ ਨੌਕਰੀ ਥੱਲੇ ਚਾਹੀਦੀ ਨੇਗਾ ਪਰ ਮੈਨੂੰ ਲੱਗਦਾ ਕਿ ਸਰਕਾਰਾਂ ਦੀ ਜਿਹੜੇ ਨੀਤੀਆਂ ਉਹ ਵੀ ਬਹੁਤ ਮਾੜੀਆਂ ਹੁਣ ਤੱਕ ਸਰਕਾਰ ਕਹਿ ਰਹੀ ਸੀ ਕਿ ਅਸੀਂ 30-40 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਉਹਦੇ ਚੋਂ ਬਹੁਤੇ ਜਿਹੜੇ ਆ ਨੇ ਕਿ ਜਿਹੜੇ ਆਸ਼ਿਰਦ ਦੇ ਆਧਾਰ ਤੇ ਲੋਕ ਨੇ ਹਨਾ ਨਵੀਂ ਰਿਕਰੂਟਮੈਂਟ ਬਹੁਤ ਘੱਟ ਹੋਈ ਸਿਰਫ ਪੁਲਿਸ ਦੇ ਵਿੱਚ ਇਹ ਵੀ ਪੁਰਾਣਾ ਪ੍ਰੋਸੈਸ ਚੱਲਦਾ ਆ ਰਿਹਾ ਪਰ ਇਹ ਜਿਹੜੇ ਕੁੜੀ ਨੇ ਕਦਮ ਚੁੱਕਿਆ ਜਿਹੜਾ 1158 ਪ੍ਰੋਫੈਸਰ ਇਹਦੇ ਸਵਾਲ ਹੈ ਕਿ ਰੇਡ ਕਾ ਕਿੱਥੇ ਸੀ ਜੇ ਉਹ ਪਾਇਨਟਮੈਂਟ ਲੈਟਰ ਵੰਡ ਦਿੱਤੇ ਗਏ ਨੇ ਦਿੱਤੇ ਕਿਉਂ ਨਹੀਂ ਨੁਕਤੀ ਪੱਤਰ ਕਿਉਂ ਨਹੀਂ ਸੀਐਮ ਸਾਹਿਬ ਨੇ ਇਹ 35 ਸੈਕਟਰ ਜਾਂ ਮਿਊਨਿਸਪਲ ਭਵਨ ਸੀਐਮ ਸਾਹਿਬ ਹਰ ਵਾਰ ਕਹਿੰਦੇ ਨੇ ਕਿ ਗਵਾਹ ਹੀ ਬਣ ਚੁੱਕਾ ਇਹ ਭਵਨ ਸਰਕਾਰੀ ਨੌਕਰੀ ਦੇਣ ਦਾ ਨਿਯੁਕਤੀ ਪ ਹੁਣ ਸਵਾਲ ਹੈ ਕਿ ਸਰਕਾਰ ਦੀ ਪਾਲਿਸੀ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇੱਕ ਕੁੜੀ ਜਿਹੜੀ ਚੰਗੀ ਲੈਕਚਰਰ ਚੰਗੀ ਪੜ੍ਹੀ ਲਿਖੀ ਆ ਉਹ ਮਜਬੂਰ ਹੋ ਗਈ ਆ ਲੱਗਿਆ ਇੱਕ ਨੌਕਰੀ ਤੋਂ استیਫਾ ਦਿੱਤਾ ਇਹ ਸਹਾਇਕ ਪ੍ਰੋਫੈਸਰ ਵਾਲੀ ਨੌਕਰੀ ਪਾਉਣਾ ਚਾਹੁੰਦੀ ਸੀ ਕਿਉਂਕਿ ਸਿਲੈਕਟ ਹੋ ਗਈ ਸੀ ਉਦੋਂ ਐਫੀਡੇਵਿਟ ਲੈ ਲਿਆ ਗਿਆ ਕਿ ਨੌਕਰੀ ਤੁਸੀਂ ਇੱਧਰ ਜੁਆਇਨ ਕਰਨੀ ਆ ਔਰ ਇੱਧਰ ਦੇ ਕੇ ਨਿਯੁਕਤੀ ਪੱਤਰ ਸਟੇਸ਼ਨ ਤੱਕ ਨਹੀਂ ਅਲਾਟ ਕੀਤਾ ਗਿਆ ਇਹਦੇ 'ਚ ਦੇਖੋ ਸਰਕਾਰ ਦੀ ਲਾਪਰਵਾਹੀ ਨਿਕੰਮੀ ਆ ਗਈ ਇਸ ਮਸਲੇ ਦੇ ਵਿੱਚ ਦੇਖੋ ਇਹ ਕਿਸੇ ਨੇ ਜੇ ਕੁਝ ਆਪਣੀ ਜੀਵਨ ਲੀਲਾ ਖਤਮ ਕੀਤੀ ਆ ਕਿਸੇ ਤੇ ਪਰਚਾ ਤੇ ਦਰਜ ਹੋ ਨਹੀਂ ਸਕਦਾ ਇੱਕ ਪੋਲਿਟਿਕਲ ਤੌਰ ਤੇ ਠੀਕ ਹੈ ਕਿ ਵਿਰੋਧੀ ਧਿਰਾਂ ਆਮ ਆਦੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਸਾਧਣੀਆਂ ਲੇਕਿਨ ਸਵਾਲ ਹੈ ਕਿ ਆਖਰ ਵਜ੍ਹਾ ਕੀ ਨਾ ਦੱਸਣਾ ਪਊਗਾ ਹੁਣ ਸਰਕਾਰ ਨੂੰ ਚਾਹੇ ਮੁੱਖ ਮੰਤਰੀ ਸਾਹਿਬ ਦੱਸਣ ਚਾਹੇ ਪੰਜਾਬ ਦੇ ਸਿੱਖਿਆ ਮੰਤਰੀ ਖਰਜੂਰ ਸਿੰਘ ਬੈਂਸ ਸਾਹਿਬ ਦੱਸਣ ਪਰ ਇਹ ਜਿਹੜਾ ਕਦਮ ਚੁੱਕਿਆ ਹੈਗਾ ਨਾ ਇਹਦੀ ਪਰਚੋਲ ਕਰਨ ਦੀ ਬੜੀ ਜ਼ਰੂਰਤ ਹੈ ਹਾਲਾਂਕਿ ਦੇਖੋ ਬਹੁਤ ਸਾਰੇ ਲੋਕ ਬਰੋਜ਼ਗਾਰ ਨੇ ਹਜ਼ਾਰਾਂ ਦੀ ਗਿਣਤੀ ਪੰਜਾਬ ਦੇ ਵਿੱਚ 40 ਲੱਖ ਬੰਦਾ ਬਰੋਜ਼ਗਾਰ ਹੈ ਉਹ ਸਾਰੇ ਇਹ ਅਗਰ ਚੱਕਰ ਚੁੱਕਣ ਲੱਗ ਪੈਣਾ ਲੋਕਾਂ ਨੂੰ ਆਪਣਾ ਭਵਿੱਖ ਆਪ ਹੀ ਸਵਾਰਨਾ ਚਾਹੀਦਾ ਹੈਗਾ ਦੇਖੋ ਕੋਈ ਵੀ ਸਰਕਾਰ ਜੇ ਕੱਲ ਨੂੰ ਆ ਕੇ ਤੁਹਾਨੂੰ ਕਾਲੀ ਦਲ ਕਵੇ ਤੁਹਾਨੂੰ ਕਾਂਗਰਸ ਕਹੇ ਤੁਹਾਨੂੰ ਭਾਜਪਾ ਹੀ ਕਹਣ ਕਿ ਅਸੀਂ ਨੌਕਰੀਆਂ ਦੇਵਾਂਗੇ ਇਹ ਭੁੱਲ ਜੋ ਕੋਈ ਸਰਕਾਰ ਸਰਕਾਰੀ ਨੌਕਰੀਆਂ ਨਹੀਂ ਦੇ ਸਕਦਾ ਪੰਜਾਬ ਦੇ ਵਿੱਚ 5 ਲੱਖ ਤੋਂ ਵੱਧ ਉਹ ਸਰਕਾਰ ਤੇ ਸਰਕਾਰ ਦੇੜ ਬੋਰਡ ਤੇ ਕਾਰਪੋਰੇਸ਼ਨ ਇਸ ਤੋਂ ਬਾਅਦ ਇਮਪਲਾਈਜ਼ ਪਰਤੀ ਹੋ ਨਹੀਂ ਸਕਦੇ ਕਿੱਡਾ ਕੀ ਪੰਜਾਬ 280 82 ਕਰੋੜ ਆਬਾਦੀ ਹੈਗੀ ਆ 52 ਡਿਪਾਰਟਮੈਂਟ ਆ ਸਵਾ ਲੱਖ ਟੀਚਰ ਪਹਿਲੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆ ਤੇ ਲੋਕਾਂ ਨੂੰ ਆਪਣੇ ਜਿਹੜੇ ਹੁਨਰ ਦੇ ਤਹਿਤ ਕੰਮ ਕਰਨੇ ਚਾਹੀਦੇ ਹੈਗੇ ਨੇ ਪਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਜਿਹੜਾ ਲੀਗ ਜਿਹੜਾ ਇਹਨਾਂ ਨੇ ਨੋਟ ਲਿਖਿਆਗਾ ਪੱਤਰ ਲਿਖਿਆ ਉਹਦੇ 'ਚ ਇਲਜ਼ਾਮ ਲਗਾਏ ਨੇ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਹੁਣ ਤੱਕ ਜਵਾਬ ਦੇ ਦੇਣਾ ਚਾਹੀਦਾ ਸੀ ਕਿ ਆਖਰ ਕੀ ਵਜ੍ਹਾ ਡਿਪਾਰਟਮੈਂਟ ਨੇ ਕਿਉਂ ਨਹੀਂ ਆਪਣਾ ਸਪਸ਼ਟੀਕਰਨ ਦਿੱਤਾ ਇਸ ਮਸਲੇ ਦੇ ਵਿੱਚ ਔਰ ਇਹ ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਹੈਗੀ ਹੈ ਕਿਸੇ ਵੇਲੇ ਇੱਕ ਘਟਨਾ ਸਰਕਾਰ ਦੀਆਂ ਕਹਿੰਦੇ ਨੇ ਨਾ ਕਫਨ ਦੇ ਵਿੱਚ ਆਖਰੀ ਕਿਲ ਵੀ ਸਾਬਤ ਹੋ ਸਕਦਾ ਔਰ ਚਾਹੇ ਤੁਸੀਂ ਕਦੀ ਸ਼ਿਮਪੀ ਸ਼ਰਮਾ ਨੂੰ ਭੈਣ ਬਣਾਓ JS ਕੁੜੀ ਨੂੰ ਇਹ ਏਡੀ ਵੱਡਾ ਕਦਮ ਚੁੱਕਣਾ ਪਿਆ ਇਹ ਤੁਹਾਡੀਆਂ ਜੜ੍ਹਾਂ ਦੇ ਵਿੱਚ ਤੇਲ ਪੈ ਚੁੱਕਾ ਹੈ ਤੁਹਾਡੀ ਕਫਨ ਦੇ ਵਿੱਚ ਆਖਰੀ ਕੇਲਾ ਕਿਉਂਕਿ ਤੁਸੀਂ ਉਮੀਦਾਂ ਇੰਨੀਆਂ ਜਿਤਾ ਦਿਤੀਆਂ ਦੇਖੋ ਜੀ ਉਹ ਰੇੜੀ ਵਾਲਾ ਐਮਐਲ ਬਣ ਗਿਆ ਜੀ ਉਹ ਮੋਬਾਈਲ ਵੇਚਣ ਵਾਲਾ ਐਮਐਬ ਬਣ ਗਿਆ ਉਹ ਦਿਹਾੜੀ ਵਾਲਾ ਐਮਐਲਏ ਬਣ ਗਿਆ ਉਹ ਮਾਸਟਰ ਜੀ ਦਾ ਮੁੰਡਾ ਬਣ ਗਿਆ ਉਹਦਾ ਧੀ ਪੁੱਤ ਬਣ ਗਿਆ ਸਕੂਟਰੀ ਤੇ ਕੁੜੀ ਘੁੰਮਦੀ ਉਹ ਐਮਐ ਬਣ ਗਈ ਹੈਗੀ ਪਰ ਜਿਹੜੇ ਲੋਕਾਂ ਨੂੰ ਰੋਜ਼ਗਾਰ ਦੇਣਾ ਸੀ ਨਾ ਉਹ ਕਿਉਂ ਨਹੀਂ ਦਿੱਤਾ ਔਰ ਸਭ ਤੋਂ ਵੱਡੀ ਗੱਲ ਜੇ ਤੁਸੀਂ ਅਪਾਇੰਟਮੈਂਟ ਲੈਟਰ ਦੇ ਦੇ ਦਿੱਤੇ ਹੈਗੇ ਸਟੇਸ਼ਨ ਕਿਉਂ ਨਹੀਂ ਲਾਟ ਕਰਵਾਏਗੇ ਇਸ ਡਿਪਾਰਟਮੈਂਟ ਦੇ ਵਿੱਚ ਲਾਜ਼ਮੀ ਤੌਰ ਤੇ ਇਸ ਮਸਲੇ ਤੇ ਹਾਈ ਕੋਰਟ ਤੱਕ ਲੋਕਾਂ ਨੂੰ ਜਾਣਾ ਚਾਹੀਦਾ ਸੀ ਇਹ ਜਿਹੜੀ ਜਥੇਬੰਦੀ ਆ 1158 ਜਿਹੜੇ ਲੈਕਚਰਰਾਂ ਨੇ ਇਹ ਕੀ ਇਹਨਾਂ ਲੀਗਲ ਕੋਈ ਲਿਆ ਸੀ ਸਟੈਂਡ ਲੈਣਾ ਚਾਹੀਦਾ ਸੀ ਸਰਕਾਰ ਨੂੰ ਜਵਾਬ ਤਲਬੀ ਲੈਣੀ ਚਾਹੀਦੀ ਔਰ ਹਾਈ ਕੋਰਟਾਂ ਦੇ ਵਿੱਚ ਵੀ ਕੇਸ ਰੁਲਦੇ ਨੇ ਉੱਥੇ ਜਾ ਕੇ ਵੀ ਸਰਕਾਰਾਂ ਧੋਖਾ ਕਰ ਜਾਂਦੀਆਂ ਬੇਈਮਾਨ ਹੋ ਜਾਂਦੀਆਂ ਨੇ ਪਰ ਇਹ ਜਿਹੜਾ ਮੈਨੂੰ ਲੱਗਦਾ ਕਿ ਲੜਕੀ ਨੇ ਜਿਹੜਾ ਇੱਕ ਸਟੈਪ ਚੁੱਕਿਆ ਨਾ ਉਹਨੇ ਆਪਣੀ ਆਪਣੀ ਘਰ ਜ਼ਿੰਦਗੀ ਤੇ ਲਾਇ ਦਾਅ ਤੇ ਲਾਇ ਹੀ ਦਿੱਤੀ ਸੀ ਲੇਕਿਨ ਪਰਿਵਾਰ ਵੀ ਰੁਲ ਗਿਆ ਗਾ ਇਸ ਮਸਲੇ ਦੇ ਵਿੱਚ ਔਰ ਜਿਹੜੇ ਫਾਈਟਰ ਹੁੰਦੇ ਜਿਹੜੇ ਸੰਘਰਸ਼ ਚੋਂ ਲੋਕ ਨਿਕਲਦੇ ਹੁੰਦੇ ਨਾ ਉਹ ਅਜਿਹੇ ਕਦਮ ਨਹੀਂ ਚੁੱਕਦੇ ਹੁੰਦੇ ਪਤਾ ਨਹੀਂ ਉਹ ਕੁੜੀ ਇੰਨੀ ਮਾਨਸਿਕ ਤੌਰ ਤੋਂ ਕਿਵੇਂ ਕਮਜ਼ੋਰ ਹੋ ਗਈ ਆ ਇਦਾਂ ਦੇ ਬਹੁਤ ਸਾਰੇ ਸਦੀਆਂ ਤੋਂ ਜਦੋਂ ਦਾ ਪੰਜਾਬ ਬਣਿਆ ਜਾਂ ਜਦੋਂ ਦਾ ਇੰਡੀਆ ਬਣਿਆ ਮਲਾਜ਼ਮ ਇਦਾਂ ਦੇ ਸੰਘਰਸ਼ ਕਰਦੇ ਆ ਹੀ ਰਹੇ ਨੇ ਨੋਟ ਦੇ ਮੁਤਾਬਕ ਤਾਂ ਉਸਨੇ ਵੀ ਕਿਹਾ ਕਿ ਮੇਰੇ ਦੋ ਬੱਚੇ ਵੀ ਗਏ ਇਸ ਮਾਨਸਿਕ ਪੀੜਾ ਦੇ ਵਿੱਚ ਦੇਖੋ ਮਾਨਸਿਕ ਪੀੜਾ ਦੇਖੋ ਹੁਣ ਜਿਹੜਾ ਸਵਾਲ ਤਾਂ ਬਹੁਤ ਖੜੇ ਹੁੰਦੇ ਨੇ ਬਾਕੀ 1157 ਦੀ ਵੀ ਤੇ ਮਾਨਸਿਕ ਪੀੜਾ ਚ ਨਿਕਲੇ ਹੋਣਗੇ ਦੇਖੋ ਉਹਨੂੰ ਪਤਾ ਨਹੀਂ ਕਿਉਂ ਇੰਨੀ ਇੰਨੀ ਮਾਨਸਿਕ ਅਸਪਰਾਬਲ ਮੈਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਇੱਕ ਤਾਂ ਮਾਨਸਿਕ ਪੀੜਾ ਜੋ ਜਿਹਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਨਾ ਉਹਦਾ ਲਾਜ਼ ਨਹੀਂ ਕੋਈ ਹੈਗਾ ਉਹ ਕੋਈ ਵੀ ਕਦਮ ਚੁੱਕ ਜਾਂਦਾ ਉਹ ਕਿਉਂਕਿ ਇੰਨਾ ਤੁਸੀਂ ਪੜੇ ਲਿਖਿਓ ਪੀ ਐਚ ਡੀਆ ਕੀਤੀਆਂ ਹੋਈਆਂ ਨੇ ਉਸ ਦੇ ਬਾਵਜੂਦ ਇਹ ਤੁਹਾਨੂੰ ਰੋਜ਼ਗਾਰ ਨਾ ਮਿਲੇ ਤੇ لازਮੀ ਤੌਰ ਤੇ ਬੰਦਾ ਮਾਨਸਿਕ ਪੀੜਾ ਚੋਂ ਨਿਕਲਦਾ ਫਿਰ ਡਿਪਰੈਸ਼ਨ ਚੋਂ ਨਿਕਲ ਜਾਂਦਾ ਫਿਰ ਤੁਹਾਨੂੰ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਂਦਾ ਘਰ ਦੇ ਵਿੱਚ 100 ਗੱਲਾਂ ਬਾਤਾਂ ਹੋ ਜਾਂਦੀਆਂ ਸਮਾਜ ਦੇ ਵਿੱਚ ਹੋਣੀਆਂ ਜਿੱਥੇ ਤੁਸੀਂ ਪਹਿਲਾਂ ਪੜਾਉਂਦੇ ਉੱਥੇ ਗੱਲਾਂ ਪਰ ਇਹਦੇ ਵਾਸਤੇ ਸਰਕਾਰ ਨੂੰ ਵੀ ਤੁਸੀਂ ਜ਼ਿੰਮੇਵਾਰ ਠਰਾ ਸਕਦੇ ਹੋ ਕਿ ਜੇ ਤੁਸੀਂ ਅਪਾਇੰਟਮੈਂਟ ਲੈਟਰ ਦਿੱਤੇ ਸੀ ਸਟੇਸ਼ਨ ਦਿੱਤੇ ਸੀ ਉਹਨਾਂ ਨੂੰ ਜੁਆਇਨਿੰਗ ਕਿਉਂ ਨਹੀਂ ਕਰਵਾਇਆ ਗਿਆ ਇਸ ਮਸਲੇ 'ਚ ਕਹਸਾ ਦੇ ਕੇ ਸਰਕਾਰ ਸਪਸ਼ਟ ਰੂਪ ਚ ਐਜੂਕੇਸ਼ਨ ਡਿਪਾਰਟਮੈਂਟ ਸਪਸ਼ਟ ਰੂਪ ਚ ਦੋਸ਼ੀ ਹੈ ਜੇ ਤੁਸੀਂ ਅਪਾਇੰਟਮੈਂਟ ਲੈਟਰ ਦਿੱਤੇ ਉਹਨਾਂ ਨੇ ਸਟੇਸ਼ਨ ਜੁਆਇਨ ਕਿਉਂ ਨਹੀਂ ਕਰਵਾਇਆ ਫਿਰ ਤੇ ਦੋਸ਼ੀ ਹੈ ਇਸ ਮਸਲੇ ਦੇ ਵਿੱਚ ਘੱਟੋ ਘੱਟ ਹਾਈ ਕੋਰਟ ਦੇ ਵਿੱਚ ਹੁਣ ਪੋਲਿਟੀਕਲ ਪਾਰਟੀਆਂ ਆਪਣੀ ਕਿੰਨੀ ਸਿਆਸਤ ਜਾਇਜ਼ ਜਾਂ ਨਜਾਇਜ਼ ਕਰਦੀਆਂ ਲੇਕਿਨ ਇਹ ਸਰਕਾਰ ਨੂੰ ਖਾਸ ਕਰਕੇ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਨਲਾਕੀ ਲਈ ਰਹੀ ਹੈ ਜਿਹੜਾ ਵੀ ਡਿਪਾਰਟਮੈਂਟ ਜ਼ਿੰਮੇਵਾਰ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਵਿੱਚ